ਖਬਰਾਂ ਦੇ ਸਿਲਸਿਲੇ ਤੁਹਾਡਾ ਸਵਾਗਤ ਹੈ। ਮੈਂ ਹਥੌੜਾ ਗੁਰਪ੍ਰੀਤ ਸਿੰਘ ਲੈ ਕੇ ਹਾਜ਼ਰ ਹਾਂ ਤੇਜ਼ ਰਫ਼ਤਾਰ ਖਬਰਾਂ ਦਾ ਸਿਲਸਿਲਾ ਯਾਨੀ ਕਿ ਸ਼ਾਰਟ ਐਂਡ ਸ਼ਾਰਪ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੀ ਪੰਜਾਬ ਕਾਂਗਰਸ ਦੀ ਅਗਵਾਈ ਜਾਰੀ ਰੱਖਣ ਦੀ ਉੱਠੀ ਮੰਗ। ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕਿਹਾ ਕੈਪਟਨ ਦੀ ਅਗਵਾਈ 'ਚ ਮਜ਼ਬੂਤ ਹੋਈ ਕਾਂਗਰਸ। ਕਿਹਾ ਬੇਸ਼ੱਕ ਪਾਰਟੀ 'ਚ ਇੱਕ ਅਹੁਦੇ ਦਾ ਵਿਧਾਨ ਪਰ ਕੈਪਟਨ ਦੀ ਅਗਵਾਈ ਜ਼ਰੂਰੀ। ਪੰਜਾਬ 'ਚ ਕੇਬਲ ਅਥਾਰਟੀ ਐਕਟ ਲਿਆਉਣ ਦੀ ਕਵਾਇਦ ਤੇਜ਼। ਸਰਕਾਰ ਦਾ ਦਾਅਵਾ ਖਤਮ ਹੋਵੇਗਾ ਕੇਬਲ ਦਾ ਏਕਾਧਿਕਾਰ। 50,000 ਲੋਕਾਂ ਨੂੰ ਮਿਲੇਗਾ ਰੁਜ਼ਗਾਰ। ਵਿਰੋਧੀਆਂ ਨੇ ਵੀ ਸਰਕਾਰ ਦੇ ਫੈਸਲੇ ਦਾ ਕੀਤਾ ਸਵਾਗਤ। ਕਿ ਜਿਹੜਾ ਕੇਬਲ ਮਾਫੀਆ ਨੂੰ ਖਤਮ ਕਰਕੇ ਇੱਕ ਸਪਸ਼ਟ ਨੀਤੀ ਲੈ ਕੇ ਆਵਾਂਗੇ ਜਿਹਦੇ ਵਿੱਚ 50,000 ਤੋਂ ਵੱਧ ਯੂਥ ਨੂੰ ਰੁਜ਼ਗਾਰ ਮਿਲੇਗਾ, ਕੰਮ ਮਿਲੇਗਾ, ਔਰ ਫਿਰ ਨੀਤੀ ਆਏਗੀ ਔਰ ਇਹ ਜਿਹੜੇ ਲੋਕ ਬਲੈਕਮੇਲਿੰਗ ਕਰ ਰਹੇ ਆ ਇਹ ਬਲੈਕਮੇਲਿੰਗ ਖਤਮ ਹੋਏਗੀ ਔਰ ਇੱਕ ਚੰਗੀ ਨੀਤੀ ਦੇ ਤਹਿਤ ਇਹ ਫਿਰ ਨਿਊਜ਼ ਦਾ ਸਿਲਸਿਲਾ ਜਾਰੀ ਹੋਏਗਾ। ਜ਼ੀ ਪੰਜਾਬ ਹਰਿਆਣਾ ਹਿਮਾਚਲ ਵੀ ਕਈ ਵਾਰ ਪੰਜਾਬ 'ਚ ਕੇਬਲ ਆਪਰੇਟਰ ਦੇ ਏਕਾਧਿਕਾਰ ਦਾ ਮੁੱਦਾ ਜ਼ੋਰ ਸ਼ੋਰ ਨਾਲ ਚੁੱਕ ਚੁੱਕਿਆ ਹੈ, ਪਰ ਉਦੋਂ ਸੂਬੇ ਦੀ ਜਨਤਾ ਨੇ ਸੱਚ ਦੀ ਆਵਾਜ਼ ਚੁੱਕਣ ਵਾਲੇ ਚੈਨਲ ਦਾ ਪੂਰਾ ਸਾਥ ਦਿੱਤਾ ਸੀ ਅਤੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਸੜਕਾਂ 'ਤੇ ਉੱਤਰ ਆਈ ਸੀ। ਨਾਲ ਹੀ ਲੋਕ ਸਭਾ ਦੇ ਵਿੱਚ ਵੀ ਇਹ ਮੁੱਦਾ ਗੂੰਜਿਆ। ਇੰਨੇ ਪੰਜਾਬ ਦੇ ਲੋਕਾਂ ਦੇ ਵਿੱਚ ਗੁੱਸਾ ਉਭਰਿਆ ਸੀ ਜਿਸ ਵਕਤ ਬਲੈਕ ਲਿਸਟ ਕੀਤਾ ਗਿਆ, ਬਲੈਕਆਊਟ ਕੀਤਾ ਗਿਆ ਜੀ ਪੰਜਾਬੀ ਨੂੰ। ਉਸ ਵਕਤ ਇਹ ਸੁੱਤੇ ਹੋਏ ਸੀ, ਇਹਨਾਂ ਨੂੰ ਪਤਾ ਨਹੀਂ ਲੱਗਾ ਉਸ ਵਕਤ ਕੀ ਹੋਇਆ। ਔਰ ਪੰਜਾਬ ਦੇ ਲੋਕਾਂ ਨੇ ਇਹਨਾਂ ਦੀ ਫਾਸਟਵੇ ਦੀਆਂ ਤਾਰਾਂ ਲਾਉਣੀਆਂ ਸ਼ੁਰੂ ਕੀਤੀਆਂ ਸੀ ਔਰ ਡਿਸ਼ ਲਗਾਉਣੀਆਂ ਸ਼ੁਰੂ ਕੀਤੀਆਂ ਔਰ ਇਹ ਕਿਸ ਤਰ੍ਹਾਂ ਇਹਦੀਆਂ ਗੱਲਾਂ ਕਰਦੇ ਆ ਮੈਨੂੰ, ਮੇਰੀ ਸਮਝ ਤੋਂ ਬਾਹਰ ਹੈ। ਉਧਰ ਪੰਜਾਬ ਸਰਕਾਰ ਦੇ ਕੇਬਲ ਅਥਾਰਟੀ ਐਕਟ ਲਿਆਉਣ ਦੇ ਫੈਸਲਿਆਂ ਦਾ ਵਿਰੋਧੀ ਧਿਰਾਂ ਨੇ ਸਵਾਗਤ ਕੀਤਾ। ਨਾਲ ਹੀ ਬੀਜੇਪੀ ਨੇ ਇਸ ਨਾਲ ਕਿਹਾ ਕਿ ਸਾਰੇ ਚੈਨਲਾਂ ਨੂੰ ਫਾਇਦਾ ਮਿਲੇਗਾ। ਉਧਰ ਆਮ ਆਦਮੀ ਪਾਰਟੀ ਨੇ ਵੀ ਸਰਕਾਰ ਦੇ ਕਦਮ ਦੀ ਸ਼ਲਾਘਾ ਕੀਤੀ। ਸਰਕਾਰ ਦਾ ਸਵਾਗਤਯੋਗ ਕਦਮ ਆ ਕਿਉਂਕਿ ਇਹਦੇ ਨਾਲ ਮੋਨੋਪੋਲੀ ਟੁੱਟੇਗੀ ਔਰ ਮੀਡੀਆ ਜਿਹੜਾ ਇਲੈਕਟ੍ਰੋਨਿਕ ਮੀਡੀਆ ਘੱਟੋ ਘੱਟ ਉਹ ਆਪਣਾ ਕੰਮ ਫਰੀਲੀ ਕਰ ਸਕੇਗਾ, ਨਹੀਂ ਤਾਂ ਦਬਾਅ ਬਣਿਆ ਰਹਿੰਦਾ ਜੇ ਇੱਕ ਦੀ ਮੋਨੋਪੋਲੀ ਹੋਵੇ। ਇਸ ਕਰਕੇ ਪੰਜਾਬ ਸਰਕਾਰ ਨੂੰ ਇਹ ਜਿਹੜਾ ਹੈਗਾ ਜਲਦੀ ਤੋਂ ਜਲਦੀ ਐਕਟ ਲੈ ਕੇ ਆਉਣਾ ਚਾਹੀਦਾ। ਜਿੱਥੋਂ ਤੱਕ ਤੁਸੀਂ ਮੈਨੂੰ ਇਹ ਸਵਾਲ ਪੁੱਛਿਆ ਪੁਨੀਤ ਜੀ, ਕੇਬਲ ਮਾਫੀਆ ਡੈਫੀਨੇਟਲੀ ਪੰਜਾਬ ਦੇ ਵਿੱਚ, ਇੱਥੇ ਕੇਬਲ ਮਾਫੀਆ ਹੀ ਨਹੀਂ ਹੋਰ ਕਈ ਕਿਸਮ ਦੇ ਮਾਫੀਆ ਇੱਥੇ ਪੰਜਾਬ ਦੇ ਵਿੱਚ ਚੱਲਦੇ ਰਹੇ ਆ। ਪੰਜਾਬ ਦੇ ਵਿੱਚ ਕੇਬਲ ਮਾਫੀਆ, ਤੇਲ ਮਾਫੀਆ, ਲੈਂਡ ਮਾਫੀਆ, ਇੱਥੇ ਮਾਫੀਆ ਰਾਜ ਪੰਜਾਬ ਦੇ ਵਿੱਚ ਚੱਲਦਾ ਰਿਹਾ। ਪਠਾਨਕੋਟ ਦੇ ਵਿੱਚ ਕੁਝ ਸ਼ੱਕੀ ਦੇਖੇ ਗਏ ਨੇ। ਪਠਾਨਕੋਟ ਦੇ ਬਮਿਆਲ ਸੈਕਟਰ 'ਤੇ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ। ਦੱਸ ਦਈਏ ਕਿ ਕੱਲ੍ਹ ਗੁਰਦਾਸਪੁਰ 'ਚ ਕਾਰ ਸਵਾਰ ਕੁਝ ਲੋਕ ਨਾਕਾ ਤੋੜ ਕੇ ਫਰਾਰ ਹੋ ਗਏ ਸਨ। ਫਰਾਰ ਹੋਏ ਲੋਕਾਂ ਦੀ ਗਿਣਤੀ 4 ਤੋਂ 6 ਦੱਸੀ ਜਾ ਰਹੀ ਹੈ। ਤਾਂ ਪੁਲਿਸ ਨੇ ਕਿਹਾ ਕਿ ਸ਼ੱਕੀਆਂ ਵੱਲੋਂ ਵਰਤੀ ਗਈ ਗੱਡੀ ਬਰਾਮਦ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਕਿ ਇਹ ਉਹੀ ਕਾਰ ਹੈ ਜਿਸ ਨੂੰ ਜੰਮੂ 'ਚ ਚਾਕੂ ਦੀ ਨੋਕ 'ਤੇ ਖੋਹਿਆ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਗੱਡੀ ਦਾ ਨੰਬਰ ਵੀ ਫਰਜ਼ੀ ਹੈ। ਛੇ ਸ਼ੱਕੀ ਨੌਜਵਾਨ ਬੈਠੇ ਆ, ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਉਹ ਮਰਾੜਾ ਪੱਤਣ ਵੱਲੋਂ ਤੁਹਾਡੇ ਇਲਾਕੇ ਵਿੱਚ ਆ ਰਹੀ ਆ, ਤੁਸੀਂ ਵੀ ਨਾਕੇ ਲਾ ਕੇ ਕੋਸ਼ਿਸ਼ ਕਰੋ। ਜਿਹਦੇ ਨਾਲ ਮੈਂ ਆਪਣੀ ਫੋਰਸ ਲੈ ਕੇ ਇਲਾਕੇ ਵਿੱਚ ਆ ਗਿਆ ਸੀਗਾ। ਗੱਡੀ ਸਾਨੂੰ ਮਿਲੀ, ਅਸੀਂ ਉਹਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਪਰ ਉਹ ਪਿੰਡਾਂ ਦੇ ਵਿੱਚੋਂ ਹੁੰਦੀ ਹੋਈ ਜਦੋਂ ਉਹਨੇ ਦੇਖਿਆ ਕਿ ਪੁਲਿਸ ਦਾ ਦਬਾਅ ਸਾਰੇ ਪਾਸੇ ਪੈ ਗਿਆ। ਇਹ ਪਿੰਡ ਮੱਖਣਪੁਰ ਜਿੱਥੇ ਅਸੀਂ ਇਸ ਵੇਲੇ ਖੜ੍ਹੇ ਹਾਂ, ਇੱਥੇ ਰਸਤੇ 'ਚ ਗੱਡੀ ਖੜ੍ਹੀ ਕਰਕੇ ਜੰਗਲਾਤ 'ਚ ਅਤੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਉਹ ਫਿਰ ਦਰਿਆ ਵੱਲ ਭੱਜ ਗਏ ਸੀ। ਇਹ ਗੱਡੀ ਬਾਰੇ ਜਦੋਂ ਅਸੀਂ ਵੈਰੀਫਿਕੇਸ਼ਨ ਕੀਤੀ ਆ ਅਤੇ ਇਹ ਗੱਡੀ ਬਾਰੇ ਪਤਾ ਲੱਗਿਆ ਵੀ ਇਹ ਗੱਡੀ ਹੀਰਾ ਨਗਰ ਤੋਂ ਇਹਨਾਂ ਨੇ ਗਨ ਪੁਆਇੰਟ 'ਤੇ ਖੋਈ ਸੀਗੀ। ਗੱਡੀ 'ਤੇ ਜਿਹੜਾ ਨੰਬਰ ਲੱਗਿਆ ਉਹ PB06U6508 ਹੈ, ਜਦਕਿ ਇਹਦਾ ਐਕਚੁਅਲ ਨੰਬਰ JK19 2787 ਆ ਜਿਹੜੀ ਖੋਈ ਸੀਗੀ। ਇਹ ਖੋਈ ਹੋਈ ਗੱਡੀ 'ਤੇ ਉਹੀ ਬੰਦੇ ਸੀਗੇ ਜਿਨ੍ਹਾਂ ਗੱਡੀ ਖੋਈ ਆ, ਹਨੇਰੇ ਦਾ ਫਾਇਦਾ ਲੈ ਕੇ ਭੱਜ ਗਿਆ। ਕੋਸ਼ਿਸ਼ ਕਰਦੇ ਵੀ ਆਪਾਂ ਇਹਨਾਂ ਨੂੰ ਫੜ ਲਵਾਂਗੇ। ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ 2 ਅਫਸਰਾਂ ਨੂੰ ਰਿਟਾਇਰ ਕੀਤਾ ਹੈ। ਇਹਨਾਂ ਦੋਵਾਂ ਅਫਸਰਾਂ ਦੇ ਨਾਮ ਨੇ ਸਾਬਕਾ SP ਸਲਵਿੰਦਰ ਸਿੰਘ ਅਤੇ ਬਹਿਬਲ ਖਾਨਾ ਗੋਲੀਕਾਂਡ ਦੇ SSP ਚਰਨਜੀਤ ਸਿੰਘ ਸ਼ਰਮਾ। ਸਲਵਿੰਦਰ ਸਿੰਘ ਅਤੇ ਸਾਥੀ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਛੇੜਖਾਨੀ ਦਾ ਇਲਜ਼ਾਮ ਲਾਇਆ ਸੀਗਾ। ਇਸ ਮਾਮਲੇ ਵਿੱਚ ਸਲਵਿੰਦਰ ਸਿੰਘ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ।
ਉਧਰ ਬੈਬਲ ਕਲਾਂ ਗੋਲੀਕਾਂਡ ਦੌਰਾਨ ਮੌਕੇ ਤੇ ਮੌਜੂਦ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਨੂੰ ਪੰਜਾਬ ਸਰਕਾਰ ਨੇ ਰਿਟਾਇਰ ਕਰ ਦਿੱਤਾ ਹੈ। ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਰੈਲੀਆਂ ਦੌਰਾਨ ਐਲਾਨ ਕਰ ਚੁੱਕੇ ਸਨ ਕਿ ਵਜ਼ਾਰਤ ਵਿੱਚ ਆਉਣ ਤੋਂ ਬਾਅਦ ਉਹਨਾਂ ਦੀ ਸਰਕਾਰ ਚਰਨਜੀਤ ਸਿੰਘ ਸ਼ਰਮਾ ਦੇ ਖਿਲਾਫ ਕਾਰਵਾਈ ਕਰੇਗੀ। ਡਰੱਗ ਖਤਮ ਕਰਨ ਦੇ ਸਰਕਾਰ ਦੇ ਦਾਅਵਿਆਂ ਤੇ ਸਵਾਲ ਚੁੱਕਣ ਤੇ ਅਕਾਲੀ ਦਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਵਾਬ। ਕਿਹਾ, ਲੋਕਾਂ ਨੂੰ ਗਲਤ ਤੱਥ ਪੇਸ਼ ਕਰ ਰਿਹਾ ਅਕਾਲੀ ਦਲ। ਡੇਢ ਮਹੀਨੇ ਵਿੱਚ ਪੰਜਾਬ ਵਿੱਚ ਡਰੱਗਸ ਤੇ ਲੱਗੀ ਹੈ ਲਗਾਮ। ਡਰੱਗਸ ਰੈਕੇਟ ਮਾਮਲੇ 'ਚ ਸੀਬੀਆਈ ਨੇ ਸੀਲਬੰਦ ਸਟੇਟਸ ਰਿਪੋਰਟ ਹਾਈਕੋਰਟ ਨੂੰ ਸੌਂਪੀ। ਸੀਬੀਆਈ ਨੇ ਕਿਹਾ, ਦੋ ਸਮੱਗਲਰਾਂ ਬਾਰੇ ਪੰਜਾਬ ਸਰਕਾਰ ਨਹੀਂ ਦੇ ਰਹੀ ਜਾਣਕਾਰੀ। ਹਾਈਕੋਰਟ ਨੇ ਸੂਬਾ ਸਰਕਾਰ ਨੂੰ ਪਾਈ ਝਾੜ। ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਅੰਮ੍ਰਿਤਸਰ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ। ਕਿਹਾ, ਘੁਟਾਲਿਆਂ ਦੀ ਸ਼ਿਕਾਇਤ ਮਿਲਣ 'ਤੇ ਕਾਰਵਾਈ ਕੀਤੀ ਜਾਵੇਗੀ। ਜਾਂਚ ਪ੍ਰੋਜੈਕਟਾਂ ਨੂੰ ਪੂਰਾ ਕਰਵਾਉਣ ਲਈ ਛੇਤੀ ਜਾਰੀ ਕੀਤੇ ਜਾਣਗੇ ਫੰਡ। ਪੰਜਾਬ ਵਿੱਚ ਚੱਲ ਰਹੀ ਸ਼ਗਨ ਸਕੀਮ ਦੀ ਜਾਂਚ ਕਰਵਾਏਗੀ ਕੈਪਟਨ ਸਰਕਾਰ। ਅਕਾਲੀ ਸਰਕਾਰ ਦੇ ਦੌਰਾਨ ਸਕੀਮ ਵਿੱਚ ਪੈਸਿਆਂ ਦੇ ਗਬਨ ਦਾ ਇਲਜ਼ਾਮ। ਸ਼੍ਰੋਮਣੀ ਅਕਾਲੀ ਦਲ ਨੇ ਇਲਜ਼ਾਮਾਂ ਤੋਂ ਕੀਤਾ ਇਨਕਾਰ। ਦੋ ਦਿਨੀ ਹਿਮਾਚਲ ਦੌਰੇ 'ਤੇ ਪਾਲਮਪੁਰ ਪਹੁੰਚੇ ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ। ਹਿਮਾਚਲ ਵਿੱਚ ਬੀਜੇਪੀ ਦਾ ਸੀਐਮ ਚਿਹਰਾ ਕੌਣ ਹੋਵੇਗਾ, ਇਹ ਹਾਲੇ ਤੈਅ ਨਹੀਂ। ਕਿਹਾ, ਸੀਐਮ ਦੀਆਂ ਦਿੱਕਤਾਂ ਯੂਪੀਏ ਸਰਕਾਰ ਦੇ ਦੌਰਾਨ ਵਧੀਆਂ, ਬੀਜੇਪੀ ਦੇ ਕਾਰਜਕਾਲ 'ਚ ਨਹੀਂ। ਅਭੀ ਤੈਅ ਨਹੀਂ ਹੈ, ਪਾਰਟੀ ਤੈਅ ਕਰੇਗੀ, ਇਸ ਪਰ ਫੈਸਲਾ ਕਰੇਗੀ ਕਿ ਹਮ ਚਿਹਰਾ ਆਗੇ ਕਰ ਲੜੇਂਗੇ ਜਾਂ ਸਾਮੂਹਿਕ ਨੇਤ੍ਰਤਵ ਮਿਲੇਗਾ, ਅਭੀ ਤੈਅ ਕਰਨਾ ਬਾਕੀ। ਅਮਿਤ ਸ਼ਾਹ ਨੇ ਸਾਧਿਆ ਵੀਰਭੱਦਰ ਸਰਕਾਰ 'ਤੇ ਨਿਸ਼ਾਨਾ। ਕਿਹਾ, ਕਰਪਸ਼ਨ ਦੇ ਗੰਭੀਰ ਇਲਜ਼ਾਮ ਲੱਗਣ ਦੇ ਬਾਵਜੂਦ ਕੁਰਸੀ ਨਾਲ ਚਿਪਕੇ ਹੋਏ ਨੇ ਵੀਰਭੱਦਰ ਸਿੰਘ, ਰਿਟਾਇਰਡ ਅਫਸਰ ਚਲਾ ਰਹੇ ਨੇ ਸਰਕਾਰ। ਬੋਲੇ, ਮੋਦੀ ਸਰਕਾਰ ਨੇ ਹਿਮਾਚਲ ਨੂੰ ਉਸਦੀ ਮੰਗ ਤੋਂ ਜ਼ਿਆਦਾ ਦਿੱਤਾ, ਪਰ ਧਨਰਾਸ਼ੀ ਦਾ ਨਹੀਂ ਕੀਤਾ ਗਿਆ ਸਹੀ ਇਸਤੇਮਾਲ। ਸਵਾਭਾਵਿਕ ਰੂਪ ਸੇ ਕੇਂਦਰ ਸਰਕਾਰ ਕੇ ਦੁਆਰਾ ਚਲਾਏ ਹੈ, ਮਗਰ ਇਹ ਯੂਪੀਏ ਕੀ ਕੇਂਦਰ ਸਰਕਾਰ ਕੇ ਦੁਆਰਾ ਚਲਾਏ ਗਏ, ਐਨਡੀਏ ਕੀ ਨਹੀਂ, ਡੇਟ ਜ਼ਰਾ ਦੇਖ ਲੈ ਵੀਰਭੱਦਰ ਸਿੰਘ ਜੀ। ਕੇਂਦਰ ਸਰਕਾਰ ਨੇ ਚਲਾਏ ਵੋ ਬਾਤ ਉਨਕੀ ਸੱਚ ਹੈ, ਮਗਰ ਵੋ ਅਰਧ ਸੱਤਿਯ ਬੋਲਤੇ ਹੈ। ਸੋਨੀਆ ਮਨਮੋਹਨ ਕੀ ਸਰਕਾਰ ਨੇ ਮਾਮਲੇ ਡਾਲੇ ਹੋ। ਹਰਿਆਣਾ ਸਰਕਾਰ ਦੇ ਕੁਛ ਨਾਰਾਜ਼ ਵਿਧਾਇਕਾਂ ਦੀ ਨਾਰਾਜ਼ਗੀ ਦੀ ਗੱਲ ਨੂੰ ਅਮਿਤ ਸ਼ਾਹ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਕਿਹਾ, ਸੀਐਮ ਮਨੋਹਰ ਲਾਲ ਦੀ ਅਗਵਾਈ 'ਚ ਇਕਜੁੱਟ ਹੋ ਕੇ ਕੰਮ ਕਰ ਰਹੀ ਹੈ ਹਰਿਆਣਾ ਸਰਕਾਰ। ਬੀਜੇਪੀ ਆਗੂ ਅਨੁਰਾਗ ਠਾਕੁਰ ਨੇ ਫਿਰ ਲਾਇਆ ਵੀਰਭੱਦਰ ਸਰਕਾਰ 'ਤੇ ਨਿਸ਼ਾਨਾ। ਕਿਹਾ, ਜਿਸ ਸੂਬੇ ਦਾ ਮੁੱਖ ਮੰਤਰੀ ਹੋਵੇ ਬੇਈਮਾਨ, ਉਹ ਸੂਬਾ ਕਦੇ ਨਹੀਂ ਵੱਧ ਸਕਦਾ ਅੱਗੇ। ਪੰਜਾਬ ਦੀ ਕਾਂਗਰਸ ਸਰਕਾਰ 'ਤੇ ਵੀ ਲਾਇਆ ਨਿਸ਼ਾਨਾ। ਹਿਮਾਚਲ ਦੇ ਰਾਜਪਾਲ ਆਚਾਰਿਆ ਦੇਵਵਰਤ ਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਪੱਤਰਕਾਰਤਾ ਮਹਿਕਮੇ ਵਿੱਚ ਬਤੌਰ ਪ੍ਰੋਫੈਸਰ ਨਿਯੁਕਤ ਪ੍ਰੋਫੈਸਰ ਸ਼ਸ਼ੀਕਾਂਤ ਸ਼ਰਮਾ ਨੂੰ ਬਣਾਇਆ ਆਪਣਾ ਸਲਾਹਕਾਰ। ਰਾਜਪਾਲ ਬੋਲੇ, ਸ਼ਸ਼ੀਕਾਂਤ ਨੂੰ ਸੂਬੇ ਦੀ ਸੇਵਾ ਕਰਨ ਦਾ ਮਿਲੇਗਾ ਚੰਗਾ ਮੌਕਾ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਖਿਲਾਫ਼ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਪਟਿਆਲਾ ਹਾਊਸ ਅਦਾਲਤ 'ਚ ਸੁਣਵਾਈ। ਸੀਬੀਆਈ ਦੀ ਚਾਰਜਸ਼ੀਟ 'ਤੇ ਅਦਾਲਤ ਨੇ ਅੱਜ ਨਹੀਂ ਲਿਆ ਨੋਟਿਸ। 6 ਮਈ ਨੂੰ ਹੋਵੇਗੀ ਅਗਲੀ ਸੁਣਵਾਈ। ਕੁਮਾਰ ਵਿਸ਼ਵਾਸ ਨੂੰ ਬੀਜੇਪੀ ਦਾ ਏਜੰਟ ਦੱਸਣ ਵਾਲੇ ਆਪ ਵਿਧਾਇਕ ਅਮਾਨਤੁੱਲਾ ਨੂੰ ਪਾਰਟੀ ਨੇ ਕੀਤਾ ਸਸਪੈਂਡ। ਕਾਰਜਭਾਰ ਸੰਭਾਲਦੇ ਹੀ ਐਕਸ਼ਨ ਵਿੱਚ ਆਏ ਹਰਿਆਣਾ ਦੇ DGP BS ਸੰਧੂ। ਕੁਰੂਕਸ਼ੇਤਰ ਦੇ ਸ਼ਾਹਬਾਦ ਥਾਣੇ ਵਿੱਚ ਕੀਤਾ ਔਚਕ ਨਿਰੀਖਣ। ਕਰਨਾਲ ਵਿੱਚ ਵੀ 2 ਵੱਖ-ਵੱਖ ਥਾਣਿਆਂ ਦਾ ਕੀਤਾ ਦੌਰਾ। ਰਾਜਪੁਰਾ ਚੰਡੀਗੜ੍ਹ ਰੋਡ 'ਤੇ ਬੈਂਕ ਦੀ ਕੈਸ਼ ਵੈਨ ਤੋਂ ਲੁੱਟੇ ਗਏ 1,33,00,000 ਦੀਆਂ ਤਸਵੀਰਾਂ ਕੈਦ ਹੋਈਆਂ CCTV 'ਚ। ਤਸਵੀਰਾਂ ਵਿੱਚ ਸ਼ਰੇਆਮ ਲੁਟੇਰਿਆਂ ਵੱਲੋਂ ਗੋਲੀਆਂ ਚਲਾ ਕੇ ਲੁੱਟਿਆ ਗਿਆ ਕੈਸ਼, ਪਰ ਹੁਣ ਵੀ ਨੇ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ। ਉਧਰ ਪਟਿਆਲਾ ਪੁਲਿਸ ਦਾ ਕਹਿਣਾ ਹੈ ਕਿ ਜਿਸ ਗੱਡੀ ਦੇ ਜ਼ਰੀਏ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਉਹ ਵੀ ਲੁੱਟੀ ਗਈ ਸੀ। ਮੌਕੇ ਦੇ ਉੱਤੇ 2 ਗੱਡੀਆਂ ਦੇਖੀਆਂ ਗਈਆਂ ਸੀਗੀਆਂ, ਇੱਕ ਹੋਂਡਾ ਅਮੇਜ਼ ਔਰ ਇੱਕ ਸਕਾਰਪੀਓ ਗੱਡੀ ਸੀਗੀ। ਇਸ ਤੋਂ ਇਲਾਵਾ ਹੋਰ ਗੱਡੀ ਦੀ ਪੋਸੀਬਿਲਟੀ ਆਪਾਂ ਰੂਲ ਆਊਟ ਨਹੀਂ ਕਰ ਸਕਦੇ। ਹਾਂ, ਜਿਹੜੀ ਅਮੇਜ਼ ਗੱਡੀ ਸੀਗੀ ਉਹ 11 ਤਰੀਕ ਨੂੰ ਰਾਜਪੁਰੇ ਤੋਂ ਹੀ ਸਨੈਚ ਕੀਤੀ ਸੀਗੀ, ਔਰ ਉਹਦੇ 'ਤੇ ਆਲਰੇਡੀ ਪੁਲਿਸ ਪਹਿਲਾਂ ਵੀ ਕੋਸ਼ਿਸ਼ ਕਰ ਰਹੀ ਸੀ ਉਹਨੂੰ ਲੱਭਣ ਵਾਸਤੇ, ਪਰ ਉਹੀ ਸੇਮ ਗੱਡੀ ਇਸ ਇੰਸੀਡੈਂਟ ਦੇ ਵਿੱਚ ਯੂਜ਼ ਹੋਈ ਹੈ, ਜਿੱਥੋਂ ਇਹ ਕਲੀਅਰ ਹੈ ਕਿ ਇਸ
सेम गैंग ने दोनों वारदातें की और इस एरिए कुछ ना कुछ उन्होंने कॉन्टैक्ट ज कुछ ना कुछ उन्होंने जोड़े एसोसीएट्स होने की पॉसिबिलिटी है। छे तरीक न एक मीटिंग कर रहे हैं मैं और डी आई जी रोपड़ दोनों रेंजिज के मिल के क्योंकि चंडीगढ़ के आस पास ज़्यादातर कैश चेस्ट जीडिया ने चंडीगढ़ के ने और चंडीगढ़ के सब तो नज़दीक एरिया जो रोपड़ रेंज का पैंता है ज पटियाला रेंज का पैंता असं उन्होंने एक डिटेल्ड मीटिंग करके और कुछ गाइडलाइनस कुछ असी बनाई वा जी उन्होंने कन्वे भी करा और कुछ सानू उन्हों तो भी उम्मीदा ने जिड़िया कि असी एक्सपैक्टेशन ने जिड़िया असं उन्होंने दसा और कोशिश करा कि असी अपने वालों इनू होर वधिया कर सके तां जो इहो जिहे इंसीडेंट्स जिहड़े उन्हां नूं प्रिवेंट कीता जा सके। ਵਿੱਚ ਦਾਖਲ ਹੋਇਆ ਤੇ 3 to 4 lakh ਲੁੱਟ ਕੇ ਲੈ ਗਏ। ਦੂਜੀ ਲੁੱਟ ਦੀ ਵਾਰਦਾਤ ਪੁਲਵਾਮਾ ਦੇ ਜੰਮੂ ਕਸ਼ਮੀਰ ਬੈਂਕ ਵਿੱਚ ਹੋਈ। ਤਕਰੀਬਨ 3 to 4 lakh ਰੁਪਏ ਦੀ ਲੁੱਟ ਨੂੰ ਇੱਥੇ ਅੰਜਾਮ ਦਿੱਤਾ ਗਿਆ। ਮੋਹਾਲੀ 'ਚ PCR 'ਤੇ ਤੈਨਾਤ ਮੁਲਾਜ਼ਮਾਂ ਨਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। 28 seconds ਦੇ ਇੱਕ ਵਾਇਰਲ ਵੀਡੀਓ ਨੇ ਪੁਲਿਸ ਮਹਿਕਮੇ ਦੀ ਨੀਂਦ ਉਡਾ ਦਿੱਤੀ ਹੈ। ਵੀਡੀਓ ਵਿੱਚ ਕੁਝ ਨੌਜਵਾਨ ਇੱਕ PCR 'ਤੇ ਤੈਨਾਤ ਪੁਲਿਸ ਮੁਲਾਜ਼ਮ ਨੂੰ ਬੁਰੀ ਤਰ੍ਹਾਂ ਨਾਲ ਕੁੱਟਦੇ ਦਿਖ ਰਹੇ। ਮੋਹਾਲੀ ਦੇ DSP ਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਮਾਮਲਾ 1 March ਦਾ ਆਇਆ ਅਤੇ ਉਸ ਤੋਂ ਬਾਅਦ ਅੱਜ ਪੁਲਿਸ ਨੇ ਇਹਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪਾਰਕਿੰਗ ਸਪਰੇਅ ਲੜ ਰਿਹਾ, ਉਹਨੇ ਆਪਣਾ ਇੱਕ ਡਿਊਟੀ ਪ੍ਰਤੀ ਫਰਕ ਸਮਝਿਆ ਵੀ ਮੈਂ ਦੇਖਿਆ ਇਹਨਾਂ ਨੂੰ ਛੁਡਾ ਦਾਂ। ਉਹ ਜਦੋਂ ਛੁਡਾਇਆ ਉਹ ਆਪੋ ਹੀ ਲੜਨ ਦੀ ਬਜਾਏ ਇਹਨੂੰ ਮਾਰਕੁੱਟ ਕਰਨ ਲੱਗ ਗਏ, ਤੂੰ ਕੌਣ ਸਾਡੇ ਮਾਮਲੇ 'ਚ ਇੰਟਰਫੇਅਰ ਕਰਨਾ। ਉਸ ਤੋਂ ਬਾਅਦ ਦੇ ਵਿੱਚ ਉਹ ਆਈਡੈਂਟੀਫਿਕੇਸ਼ਨ ਨਹੀਂ ਹੋ ਸਕੀ ਮੁਲਜ਼ਮਾਂ ਦੀ, ਹੁਣ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋ ਗਈ ਆ ਵੀ 3 ਬੰਦੇ ਪਿੰਡ ਪਵਾਲਾ ਥਾਣਾ ਬਸੀ ਥਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਨੇ ਅਤੇ ਅਸੀਂ ਆਈਡੈਂਟੀਫਾਈ ਕਰਕੇ ਇਹਨਾਂ ਦੇ ਖਿਲਾਫ਼ ਇੱਕ ਕੇਸ ਰਜਿਸਟਰ ਕਰਤਾ ਅਤੇ ਇਹਨਾਂ ਨੂੰ ਅਸੀਂ ਇਹਨਾਂ ਦੇ ਪਿੰਡ ਤੋਂ ਹੀ ਅਰੈਸਟ ਕਰ ਲਿਆ। ਹੁਣ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇ। ਗੁਰਦਾਸਪੁਰ ਦੇ ਪਿੰਡ ਗੋਹਤਾ 'ਚ ਮਹਿਲਾ ਸਰਪੰਚ ਦੇ ਪਤੀ ਅਤੇ ਪੁਲਿਸ ਹਵਲਦਾਰ ਨੂੰ ਗੋਲੀ ਮਾਰਨ ਦੇ ਇਲਜ਼ਾਮ ਲੱਗੇ ਨੇ। ਹੌਲਦਾਰ ਲਖਵਿੰਦਰ ਸਿੰਘ ਮੁਤਾਬਕ ਕੁਝ ਸਾਲ ਪਹਿਲਾਂ ਵੀ ਇਸ ਦੇ ਭਰਾਵਾਂ ਦੇ ਵੱਲੋਂ ਉਹਨਾਂ ਨੂੰ ਗੋਲੀ ਮਾਰ ਕੇ ਜ਼ਖਮੀ ਕੀਤਾ ਗਿਆ ਸੀਗਾ ਅਤੇ ਇਸ ਮਾਮਲੇ ਵਿੱਚ ਉਸਦੇ ਭਰਾ ਨੂੰ ਸਜ਼ਾ ਵੀ ਹੋਈ ਹੈ ਅਤੇ ਉਹ ਸਜ਼ਾ ਕੱਟ ਰਿਹਾ। ਉੱਧਰ ਪੁਰਾਣੀ ਰੰਜਿਸ਼ ਦੇ ਚੱਲਦੇ ਇਸ ਨੇ ਉਸ ਨੂੰ ਦੁਬਾਰਾ ਗੋਲੀ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਫਿਰੋਜ਼ਪੁਰ ਦਿਹਾਤੀ ਇਲਾਕੇ ਦੇ ਪਿੰਡ ਰੁੰਕੇਸ਼ਾ ਵਾਲਾ 'ਚ ਕਾਂਗਰਸੀ ਅਤੇ ਅਕਾਲੀ ਕਾਰਕੁਨਾਂ 'ਚ ਝੜਪ ਹੋਈ ਅਤੇ ਇਸ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ ਜਿਸ 'ਚ ਇੱਕ ਹੀ ਪਰਿਵਾਰ 'ਤੇ 2 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਪਰ ਮੁਲਜ਼ਮ ਅਜੇ ਵੀ ਫਰਾਰ ਨੇ। ਉੱਧਰ ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਹ ਮ੍ਰਿਤਕ ਦੇਹਾਂ ਦਾ ਅੰਤਮ ਸੰਸਕਾਰ ਨਹੀਂ ਕਰਨਗੇ। ਫਰੀਦਕੋਟ 'ਚ ਬਾਈਕ ਸਵਾਰ ਬਦਮਾਸ਼ ਦਾ ਕਹਿਰ, ਮੁੱਖ ਚੌਂਕ 'ਚ ਲੁੱਟੀਆਂ ਔਰਤ ਅਤੇ ਕੰਨਾਂ ਦੀਆਂ ਵਾਲੀਆਂ। CCTV 'ਚ ਕੈਦ ਹੋਈ ਪੂਰੀ ਵਾਰਦਾਤ ਪਹਿਲਾਂ ਵੀ ਵਾਪਰ ਚੁੱਕੀਆਂ ਨੇ ਅਜਿਹੀਆਂ ਵਾਰਦਾਤਾਂ। ਪੁਲਿਸ ਪ੍ਰਸ਼ਾਸਨ ਅਜਿਹੇ ਬਦਮਾਸ਼ਾਂ 'ਤੇ ਨਹੀਂ ਕੱਸ ਪਾ ਰਿਹਾ ਨਿਕੇ। ਬਟਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਨਸ਼ੀਲੇ ਕੈਪਸੂਲਾਂ ਸਣੇ 2 ਨਸ਼ਾ ਸਮਗਲਰ ਗ੍ਰਿਫਤਾਰ। 3,90,000 ਦੀ ਨਕਦੀ ਵੀ ਹੋਈ ਬਰਾਮਦ। ਉੱਤਰ ਪ੍ਰਦੇਸ਼ ਦੇ ਰੋਡਕੀ ਤੋਂ ਲਿਆਉਂਦੇ ਸੀ ਨਸ਼ੀਲੇ ਕੈਪਸੂਲਾਂ ਦੀ ਖੇਪ। ਬਰਨਾਲਾ ਪੁਲਿਸ ਨੇ ਜਾਅਲੀ ਕਰੰਸੀ ਬਣਾਉਣ ਵਾਲੇ ਇੱਕ ਗਿਰੋਹ ਨੂੰ ਕਾਬੂ ਕੀਤਾ ਅਤੇ ਗਿਰੋਹ ਦੇ 5 ਮੈਂਬਰਾਂ ਨੂੰ ਵੀ ਬੇਨਕਾਬ ਕੀਤਾ, ਜਿਨ੍ਹਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਮੁਲਜ਼ਮਾਂ ਤੋਂ ਇੱਕ ਮਸ਼ੀਨ ਅਤੇ 7,40,000 ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ। ਇੱਕ ਹੈਗੀ ਲੇਡੀ ਸੁਖਦਰਸ਼ਨ ਕੌਰ, 50 ਸਾਲ ਦੀ ਹੈਗੀ ਹੈ। ਇੱਕ ਮਾਈਨਰ ਵੀ ਹੈਗਾ 17 ਸਾਲ ਦਾ, ਠੀਕ ਹੈ ਜੀ। ਉਹ ਆਪਣੇ ਜਿਹੜੇ ਪਿੰਡ ਦੇ ਵਿੱਚ ਸਹਿਣੇ ਪਿੰਡ ਦੇ ਵਿੱਚ ਹੀ ਆਪਣੇ ਘਰ ਹੀ ਬਣਦਾ ਸੀ ਸਭ ਕੁਛ, ਬਾਕੀ ਤਫਤੀਸ਼ ਚੱਲ ਰਹੀ ਹੈ ਅਜੇ, ਕਿਉਂਕਿ ਸਾਨੂੰ ਜਿਹੜੀ ਕਾਗਜ਼ ਜਿੰਨੇ ਲਏ ਗਏ ਨੇ ਜਿੰਨੀ ਰਿਕਵਰੀ ਹੋਈ ਹੈ 7,40,700 ਰੁਪਇਆ ਜਿਹੜਾ ਉਹਨਾਂ ਨੇ ਜਾਅਲੀ ਬਣਾਇਆ ਉਹ ਅਸੀਂ ਫੜਿਆ। ਪੁੰਛ ਹਮਲੇ ਤੋਂ ਬਾਅਦ ਵੀ ਹਰਕਤ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ। ਜੰਮੂ ਕਸ਼ਮੀਰ ਦੇ ਮੇਂਢਰ ਸੈਕਟਰ ਵਿੱਚ ਸਰਹੱਦ ਪਾਰ ਤੋਂ ਫਾਇਰਿੰਗ, ਭਾਰਤੀ ਫੌਜ ਨੇ ਵੀ ਦਿੱਤਾ ਸਖ਼ਤ ਜਵਾਬ। ਪੁੰਛ ਦੇ ਸ਼ਹੀਦ ਪ੍ਰੇਮ ਸਾਗਰ ਦਾ ਦੇਵਰੀਆ ਦੇ ਵਿੱਚ ਅੰਤਿਮ ਸੰਸਕਾਰ, ਜੱਤੀ ਪਿੰਡ ਵਿੱਚ ਦਿੱਤੀ ਗਈ ਅੰਤਿਮ ਵਿਦਾਈ। 13 ਦਿਨ ਦੇ ਅੰਦਰ CM ਯੋਗੀ ਸ਼ਹੀਦ ਦੇ ਪਿੰਡ ਦਾ ਕਰਨਗੇ ਦੌਰਾ। ਪਿਛਲੇ 7 ਦਿਨਾਂ ਤੋਂ ਖਾਲਸਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਖਤਮ। ਸਾਰੀਆਂ ਮੰਗਾਂ ਮੰਨਣ ਤੋਂ ਬਾਅਦ
ਚੁੱਕਿਆ ਗਿਆ ਧਰਨਾ। ਹਰਪ੍ਰੀਤ ਨਾਂ ਦੇ ਵਿਦਿਆਰਥੀ ਨੇ ਕੀਤੀ ਸੀ ਖੁਦਕੁਸ਼ੀ। ਉਹਨਾਂ ਦੇ ਇੱਕ ਪਰਿਵਾਰ ਨੇ ਪੇਸ਼ ਕੀਤੀ ਮਿਸਾਲ। ਵਿਧਵਾ ਨੂੰਹ ਨਾਲ ਕਰਵਾਏ ਦੇਵਰ ਦੇ ਫੇਰੇ, ਵਾਜੇ ਗਾਜੇ ਨਾਲ ਨੂੰਹ ਨੂੰ ਦੁਬਾਰਾ ਵਿਆਹੁਣ ਪੁੱਜੇ। ਸ਼੍ਰੀਨਗਰ ਦੀ ਮਸ਼ਹੂਰ ਡਲ ਝੀਲ 'ਤੇ ਸ਼ੁਰੂ ਹੋਇਆ ਦੋ ਦਿਨੀ ਸ਼ਿਕਾਰਾ ਫੈਸਟੀਵਲ। ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਲੋਕ। ਸੈਰ ਸਪਾਟੇ ਨੂੰ ਉਤਸ਼ਾਹ ਦੇਣ ਦੇ ਲਈ ਟੂਰਿਜ਼ਮ ਡਿਪਾਰਟਮੈਂਟ ਨੇ ਕੀਤੀ ਪਹਿਲ। ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਵਿੱਚ ਧਮਾਕਾ, ਨਾਟੋ ਦੇ ਕਾਫਲੇ ਨੂੰ ਬਣਾਇਆ ਗਿਆ ਨਿਸ਼ਾਨਾ, 8 ਦੀ ਮੌਤ। ਲਾਸ ਏਂਜਲਸ ਜਾ ਰਹੀ ਫਲਾਈਟ 'ਚ ਭਿੜੇ ਦੋ ਮੁਸਾਫਰ, ਇੱਕ ਨੂੰ ਕੀਤਾ ਗਿਆ ਗ੍ਰਿਫਤਾਰ। ਚੀਨ ਨੇ ਬਣਾਇਆ ਦੁਨੀਆ ਦਾ ਪਹਿਲਾ ਫੋਟੋਨ ਕੰਪਿਊਟਰ, ਬਾਕੀ ਕੰਪਿਊਟਰ ਤੋਂ ਘੱਟੋ ਘੱਟ 24,000 ਗੁਣਾ ਹੈ ਤੇਜ਼। ICC ਦੀ ਲੇਟੈਸਟ T20 ਰੈਂਕਿੰਗ ਵਿੱਚ ਟੀਮ ਇੰਡੀਆ ਪਹੁੰਚੀ ਚੌਥੇ ਨੰਬਰ 'ਤੇ, ਦੋ ਪੋਜੀਸ਼ਨ ਦਾ ਹੋਇਆ ਨੁਕਸਾਨ। ਸੁਲਤਾਨ ਅਜਲਾਨ ਸ਼ਾਹ ਕੱਪ ਵਿੱਚ ਭਾਰਤ ਦੀ ਜਿੱਤ, ਜਾਪਾਨ ਨੂੰ 4-3 ਨਾਲ ਹਰਾਇਆ। ਚੈਂਪੀਅਨਸ ਟਰਾਫੀ ਤੋਂ ਨਹੀਂ ਹਟ ਸਕਦਾ BCCI। ਐਡਮਿਨਿਸਟ੍ਰੇਟਿਵ ਕਮੇਟੀ ਦੇ ਚੇਅਰਮੈਨ ਵਿਨੋਦ ਰਾਏ ਨੇ ਕੀਤਾ ਸਾਫ਼, ਕਿਹਾ ਫੈਸਲਾ ਲੈਣ ਤੋਂ ਪਹਿਲਾਂ BCCI ਨੂੰ ਪੁੱਛਣਾ ਪਵੇਗਾ। ਕੰਗਨਾ ਰਣੌਤ ਆਪਣੀ ਅਪਕਮਿੰਗ ਫਿਲਮ ਝਾਂਸੀ ਕੀ ਰਾਣੀ ਦੇ ਪ੍ਰਮੋਸ਼ਨ ਵਿੱਚ ਜੁਟੀ, 20 ਫੁੱਟ ਲੰਬਾ ਪੋਸਟਰ ਕਰਨਗੀ ਜਾਰੀ। ਫਿਲਮ ਰਾਮਲੀਲਾ ਦੇ ਸੈੱਟ 'ਤੇ ਰੋਈ ਸੀ ਦੀਪਿਕਾ ਪਾਦੂਕੋਣ, ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਕੀਤਾ ਰਿਵੀਲ। ਪਾਰਟੀ ਵਿੱਚ ਬਿਨ ਬੁਲਾਏ ਮਹਿਮਾਨ ਦਾ ਅਨੁਸ਼ਕਾ ਨੇ ਕੀਤਾ ਸਵਾਗਤ, ਬਰਥਡੇ ਦੇ ਦਿਨ ਵੜ ਆਇਆ ਸੀ ਇੱਕ ਫੈਨ। ਪ੍ਰਿਯੰਕਾ ਚੋਪੜਾ ਦੀ ਡਰੈਸ 'ਤੇ ਸੋਸ਼ਲ ਮੀਡੀਆ ਵਿੱਚ ਬਣੇ ਜੋਕਸ, ਟਵਿੱਟਰ 'ਤੇ ਕਰ ਰਹੇ ਨੇ ਟ੍ਰੈਂਡ। ਦਿੱਲੀ ਦੇ ਵਿਗਿਆਨ ਭਵਨ 'ਚ ਦਿੱਤੇ ਗਏ ਨੈਸ਼ਨਲ ਅਵਾਰਡ, ਨੀਰਜਾ ਨੂੰ ਬੈਸਟ ਫਿਲਮ ਦਾ ਅਵਾਰਡ, ਤਾਂ ਫਿਲਮ ਰੁਸਤਮ 'ਚ ਬੈਸਟ ਐਕਟਿੰਗ ਦੇ ਲਈ ਅਕਸ਼ੇ ਕੁਮਾਰ ਨੂੰ ਨੈਸ਼ਨਲ ਅਵਾਰਡ।